ਸ਼ਰੀਫ ਕੁੰਜਾਈ ਦਾ ਅਸਲ ਨਾਂ ਕੀ ਸੀ ਉਹਨਾਂ ਦਾ ਨਾਮ ਮੁਹੰਮਦ ਸ਼ਰੀਫ ਸੀ ਮੁਹੰਮਦ ਸ਼ਰੀਫ ਕੁੰਜਾਈ ਕਦੋਂ ਤੇ ਕਿੱਥੇ ਪੈਦਾ ਹੋਏ 13 ਅਕਤੂਬਰ 1915 ਨੂੰ ਗੁਜਰਾਤ ਦੇ ਕਸਬਾ ਕੁਜਾ ਵਿੱਚ ਪੈਦਾ ਹੋਏ ਆਪ ਦੇ ਵਾਲਦ ਦਾ ਕੀ ਨਾਂ ਸੀ ਤੇ ਉਹ ਕੀ ਕੰਮ ਕਰਦੇ ਸਨ ਆਪ ਦੇ ਵਾਲਦ ਦਾ ਨਾਂ غلام ਮੁਹੈউদ্দিন ਸੀ ਤੇ ਉਹ ਸਕੂਲ ਵਿੱਚ ਹੈੱਡਮਾਸਟਰ ਸਨ ਉਹਨਾਂ ਕਿਹੜੀ ਕਿਹੜੀ ਤੇ ਕਿੱਥੋਂ ਕਿੱਥੋਂ ਤਾਲੀਮ ਹਾਸਲ ਕੀਤੀ ਉਹਨਾਂ ਮੁੱਢਲੀ ਤਾਲੀਮ ਵਾਲਦ ਕੋਲੋਂ ਹਾਸਲ ਕੀਤੀ ਕਿ ਕੁਰਾਨ ਪਾਕ ਨਾਜ਼ਰਾ ਪੜਿਆ ਤੇ ਦਰਸੀ ਕਿਤਾਬਾਂ ਪੜੀਆਂ ਤੇ ਅਰਬੀ ਤੇ ਫਾਰਸੀ ਦਾ ਜ਼ੋਕ ਸੀ میٹرਕ ਸਨਾਤਮ ਧਰਨ ਹਾਈ ਸਕੂਲ ਤੋਂ ਕੀਤਾ ਤੇ ਐਫਏ ਗੁਜਰਾਤ ਕਾਲਜ ਤੋਂ ਕਰਕੇ ਕੁੰਜਾ ਦੇ ਹਾਈ ਸਕੂਲ ਵਿੱਚ ਪੜਾਵਣ ਲੱਗ ਪਏ ਮੁਲਾਜ਼ਮਤ ਦੇ ਨਾਲ ਨਾਲ ਹੋਰ ਕਿੱਥੇ ਤੱਕ ਉਹਨਾਂ ਪੜਿਆ ਉਹਨਾਂ ਪ੍ਰਾਈਵੇਟ ਵੀਏ ਕੀਤਾ ਤੇ ਐਮਏ ਫਾਰਸੀ ਤੇ ਐਮਏ ਉਰਦੂ ਵੀ ਕਰ ਲਿਆ ਉਹਨਾਂ ਕਿਹੜੇ ਕਿਹੜੇ ਕਾਲਜਾਂ ਵਿੱਚ ਪੜਾਇਆ ਨਾ گورਨਮੈਂਟ ਕਾਲਜ ਕੈਮਲਪੁਰ ਮਜੂਦਾ ਅਟਕ گورਨਮੈਂਟ ਕਾਲਜ 라ਵਲਪਿੰਡੀ ਗੁਜਰਖਾਨ ਤਲਾਗਾਂਗ ਤੇ ਲਾਲਾ موسی ਤੇ ਕਾਲਜਾਂ ਵਿੱਚ ਪੜਾਉਂਦੇ ਰਹੇ ਇੰਨਾ ਕਾਲਜਾਂ ਤੋਂ ਰਿਟਾਇਰਮੈਂਟ ਤੋਂ ਲੈਣ ਤੋਂ ਬਾਅਦ ਉਹਨਾਂ ਕੀ ਕੁਝ ਕੀਤਾ ਉਹਨਾਂ ਪੰਜਾਬੀ ਦੇ ਤਲਾ ਬਿਲਵਾਂ ਨੂੰ ਐਮਏ ਪੰਜਾਬੀ ਦੀ تعلیم ਪੰਜਾਬ ਯੂਨੀਵਰਸਿਟੀ ਵਿੱਚ ਦਿੰਦੇ ਰਹੇ ਜਦੀਦ ਪੰਜਾਬੀ ਸ਼ਾਇਰੀ ਦੇ ਮੋਢੀ ਕੌਣ ਨੇ ਤੇ ਸ਼ਰੀਫ ਕੁੰਜਾਈ ਕਦੋਂ ਵਫਾਤ ਪਾਈ 2007 ਵਿੱਚ ਉਹਨਾਂ ਗੁਜਰਾਤ ਵਿੱਚ ਵਫਾਤ ਪਾਈ ਤੇ ਆਪ ਨੂੰ ਹੀ ਜਦੀਦ ਪੰਜਾਬੀ ਸ਼ਾਇਰੀ ਦੇ ਮੋਢੀ ਆਖਿਆ ਜਾਂਦਾ ਹੈ ਸ਼ਰੀਫ ਕੁੰਜਾਈ ਹੋਰਾਂ ਕਿਹੜੀ ਕਿਹੜੀ ਜ਼ੁਬਾਨਾਂ ਵਿੱਚ ਸ਼ਾਇਰੀ ਕੀਤੀ ਜਾਂ ਲਿਖਿਆ ਉਹਨਾਂ ਉਰਦੂ ਪੰਜਾਬੀ ਫਾਰਸੀ ਤੇ ਅੰਗਰੇਜ਼ੀ ਵਿੱਚ ਲਿਖਿਆ ਹੈ ਉਰਦੂ ਫਾਰਸੀ ਤੇ ਅੰਗਰੇਜ਼ੀ ਵਿੱਚ ਕੀ ਕੁਝ ਲਿਖਿਆ ਉਰਦੂ ਵਿੱਚ ਸਤਾਰਾ-ਏ-ਸਹਿਰੀ ਫਾਰਸੀ ਵਿੱਚ ਗ਼ਜ਼ਲ ਦੀ ਕਿਤਾਬ ਦੋ ਦਿਲ ਤੇ ਅੰਗਰੇਜ਼ੀ ਵਿੱਚ ਪੰਜਾਬੀ ਸਕੈਂਡਵਿਅਨ ਲੈਂਗੁਏਜ ਕੰਟੈਕਟ ਲਿਖੀ ਸ਼ਰੀਫ ਸਾਹਿਬ ਪੰਜਾਬੀ ਵਿੱਚ ਕੀ ਕੁਝ ਲਿਖਿਆ ਉਹਨਾਂ ਜਿਗਰਾ ਤੇ ਸ਼ਾਇਰੀ ਦਾ ਮجموعਾ ਜਾਤੀਆਂ ਨਸਰ ਵਿੱਚ تنਕੀਦ ਦੀ ਕਿਤਾਬ ਤੇ ਕੁਰਾਨ ਪਾਕ ਦਾ ਪੰਜਾਬੀ ਤਰਜਮਾ ਖਤਾਬਾ ਤੇ ਇਕਬਾਲ ਦਾ ਪੰਜਾਬੀ ਤਰਜਮਾ ਪੰਜ ਸੂਰਤ ਦਾ ਪੰਜਾਬੀ ਤਰਜਮਾ शरीफ कुंजाई की किताब जगराते का फ्लैप किस लिखया दिबाचा किस किस ने लिखा फ्लैप अहमद नदीम कसमी होरा ने लिखया दिबाचा शफकत तनवीर मिर्ज़ा और मनु भाई ने लिखिया है मनु भाई ने मोहम्मद शरीफ बारे की आख्या है कि मुहम्मद शरीफ उस मुंडे का ना हो सकता है जेड़ा किसी पेंड के कच्चे कोठे किसी बुढ़ी माई ने जाया होगा ਹੋਲੀ ਫੈਮਿਲੀ ਗੰਗਾ ਰਾਮ ਯਮਿਊ ਹਸਪੀਟਲ ਦੇ ਪ੍ਰਾਈਵੇਟ ਵਾੜਾਂ ਵਿੱਚ ਕੋਈ ਸ਼ਰੀਫ ਨਹੀਂ ਜਮਿਆ ਹੋਵੇਗਾ ਮਨੂੰ ਭਾਈ ਕੀ ਕਹਿੰਦੇ ਨੇ ਕਿ ਲੋਕ ਆਪਣੇ ਬਾਲਾਂ ਦਾ ਨਾਂ ਸ਼ਰੀਫ ਕਿਉਂ ਨਹੀਂ ਰੱਖਦੇ ਉਹ ਐਸ ਤੋਂ ਨਹੀਂ ਰੱਖਦੇ ਕਿ ਸ਼ਰੀਫਾਂ ਨਾਲ ਇਹ ਦੁਨੀਆ ਜੋ سلوਕ ਕਰਦੀ ਏ ਕੋਈ ਵੀ ਮਾਂ ਪਿਓ ਆਪਣੇ ਬਾਲ ਨਾਲ ਉਹ ਹੁੰਦਿਆਂ ਨਹੀਂ ਵੇਖ ਸਕਦਾ ਐਸ ਦੇ ਡਰ ਤੋਂ ਮਾਂ ਪਿਓ ਆਪਣੇ ਬਾਲ ਦਾ ਨਾਂ ਸ਼ਰੀਫ ਨਹੀਂ ਰੱਖਦੇ ਸ਼ਰੀਫ ਕੁੰਜਾਈ ਦੀ ਸ਼ਾਇਰੀ ਦੇ ਉਨਵਾਨ ਹੀਟ ਕਿਸ ਦੇ ਬਵਾਚਾ ਲਿਖਿਆ ਐਸ ਉਨਵਾਨ ਹੀਟ ਸ਼ਫਕਤ تنویر ਮਿਰਜ਼ਾ ਨੇ ਤੇ ਕੁੰਜਾ ਦਾ ਸ਼ਰੀਫ ਦੇ ਉਨਵਾਨ ਹੀਟ ਮੰਨੂ ਭਾਈ ਨੇ ਦਿਬਾਚਾ ਲਿਖਿਆ ਮਾਂ ਬੋਲੀ ਵਾਸਤੇ ਸ਼ਫਕਤ تنویر ਹੋਰ ਨੇ ਕਿਹੋ ਜੀ ਮਿਸਾਲ ਦਿੱਤੀ ਏ ਜਦੋਂ ਬੇਅੰਤ ਖਤਰਾ ਹੋਵੇ ਜਾਂ ਜਾਨ ਜਾਨ ਦਾ ਖਤਰਾ ਹੋਵੇ ਉਸ ਵੇਲੇ ਜੋ ਆਵਾਜ਼ਾਂ ਨਿਕਲਦੀਆਂ ਨੇ ਜਿਹੜੀ ਸਾਡੀ ਰਾਤ ਦਿਨ ਦੀ ਜ਼ਿੰਦਗੀ ਵਿੱਚ ਬੋਲੀ ਵਰਤੀ ਜਾਂਦੀ ਏ ਇਹ ਉਹ ਆਵਾਜ਼ਾਂ ਉਸ ਬੋਲੀ ਵਿੱਚ ਹੀ ਨਿਕਲਦੀਆਂ ਨੇ ਕੁਝਾਈ ਦੇ ਸਮਕਾਲੀਆਂ ਵਿੱਚ ਕਿਹੜੇ-ਕਿਹੜੇ ਨਾਂ ਆਉਂਦੇ ਨੇ ਉਹਨਾਂ ਵਿੱਚ ਅਮਰਤਾ ਪ੍ਰੀਤਮ, ਅਹਿਮਦ ਰਾਹੀ, ਆਰਫ ਅਫਜ਼ਲ ਮਤੀਨ ਤੇ ਬਾਕੀ ਸਦੀਕੀ ਹੋਰਾਂ ਦੇ ਨਾਂ ਆਉਂਦੇ ਨੇ ਮਨੂ ਭਾਈ ਕੁੰਜਾ ਦਾ ਸ਼ਰੀਫ ਵਿੱਚ ਕੀ ਕਹਿੰਦਾ ਹੈ ਮਨਜ਼ੂਰ ਆਰਫ ਬਾਰੇ ਉਹ ਕਹਿੰਦਾ ਹੈ ਕਿ ਮਨਜ਼ੂਰ ਅਰਫ ਦੀ ਧੀ ਜਦੋਂ ਉਹਨਾਂ ਦੀ ਅਲਮਾਰੀ ਵਿੱਚ ਉਰਦੂ ਦੀਆਂ ਜ਼ਿਆਦਾ ਕਿਤਾਬਾਂ ਤੇ ਪੰਜਾਬੀ ਦੀਆਂ ਘੱਟ ਵੇਖੀਆਂ ਤੇ ਉਸਤਾਨੀ ਨੂੰ ਆਪਣੇ ਵਾਲਿਦ ਦਾ ਤਾਰਫ਼ ਕਰਾਉਂਦਿਆਂ ਹੋਇਆਂ ਆਖਿਆ ਕਿ ਮੇਰਾ ਬਾਪ ਪੰਜਾਬੀ ਵਿੱਚ ਥੋੜਾ ਨਲਾਇਕ ਹੈ। ਮਤਲਬ ਇਹ ਹੈ ਕਿ ਪੰਜਾਬੀ ਦੇ ਵਿੱਚ ਉਸ ਕਮ ਥੋੜਾ ਕੀਤਾ ਹੈ। ਉਹਦੇ ਬੱਚੀ ਦੇ ਖਿਆਲ ਦੇ ਮੁਤਾਬਕ ਇਹ ਚਲਾ ਜਾਂਦਾ ਹੈ ਕਿ ਪੰਜਾਬੀ ਵਿੱਚ ਨਲਾਇਕ ਇਸ وجہ ਤੋਂ ਇਹਨੇ ਘੱਟ ਲਿਖਿਆ। ਵਣ ਦਾ ਬੂਟਾ ਬੀਏ ਦੇ ਇਨਸਾਫ ਵਿੱਚ ਸ਼ਾਮਲ ਨਜ਼ਮ ਕਿਸ ਦੀ ਹੈ ਦਾ ਨਾਮ ਦੱਸੋ ਇਹਦੇ ਸ਼ਾਇਰ ਦਾ ਇਹ ਨਜ਼ਮ ਸ਼ਰੀਫ ਕੁੰਜਾਈ ਹੋਰਾਂ ਦੀ ਹੈ ਇਹ انسان ਦੀ ਮਾਦਾ ਪਰਸਤੀ ਤੇ ਖੁੱਲੀ تنਕੀਦ ਇਹ ਉਹਨਾਂ ਨੇ ਆਖਿਆ ਕਿ ਇਨਸਾਨ ਚੰਦ ਲਮਹੇ ਕਿਸੇ ਦਾ ਸਹਾਰਾ ਨਹੀਂ ਬਣਦਾ ਬਲਕਿ ਦੌਲਤ ਕਮਾਣ ਪਿੱਛੇ ਅਨੇਵਾ ਤੁਦਲ ਫਕਦਾ ਠੁੱਡੇ ਖਾਂਦਾ ਧੁੱਪੇ ਸੜਦਾ ਪਰ ਉਹਦੇ ਕੋਲ ਥੋੜੀ ਦੇਰ ਸਕੂਨ ਨਾਲ ਬਹਿਣ ਦਾ ਟਾਈਮ ਨਹੀਂ ਅੱਜ ਮੈਂ ਭੇੜਾ ਅੱਜ ਮੈਂ ਝੂਠਾ ਮੇਰੇ ਬੋਲ ਅਵੱਲੇ ਚਿੰਗ ਤੁਹਾਡੀ ਹੱਟੀ ਵਿਕਦਾ ਸੱਚ ਤੁਹਾਡੇ ਪੱਲੇ ਕਿਸ ਸ਼ਾਇਰ ਦਾ ਖੂਬਸੂਰਤ ਕਲਾਮ ਹੈ ਇਹ ਕਲਾਮ ਸ਼ਰੀਫ ਗੁੰਜਾਈ ਹੋਰਾਂ ਦੇ ਜਗਰਾਤੇ ਮجموعਾ ਵਿੱਚੋਂ ਲਿਆ ਗਿਆ ਹੈ ਸ਼ਰੀਫ ਗੁੰਜਾਈ ਕਨੂਤੀ ਸ਼ਾਇਰ ਯਰ ਜਾਈ ਸ਼ਰੀਫ ਗੁੰਜਾਈ ਰਜਾਈ ਸ਼ਾਇਰ ਹੈ ਰਜਾਈ ਤੋਂ ਮੁਰਾਦ ਇਹ ਵੇ ਕਿ ਨਾ ਉਮੀਦੀ ਵਿੱਚੋਂ ਉਮੀਦ ਦੀ ਕਿਰਨ ਲੱਭ ਕੇ ਲੈ ਆਣਾ ਇਸ ਨੂੰ ਰਜਾਈ ਸ਼ਾਇਰ ਆਖਦੇ ਨੇ ਜਿਵੇਂ ਕਿ ਖੇੜ ਲੈ ਉਹਨਾਂ ਦੀ ਨਜ਼ਮ ਇਸ ਦੀ ਸੋਹਣੀ ਤੇ ਸੁਨੱਖੀ ਮਿਸਾਲ ਹੈ ਸ਼ਰੀਫ ਗੁੰਜਾਈ ਤੀਵੀਆਂ ਦੇ ਜਜ਼ਬਾਤ ਦੀ ਕਾਸੀ ਕਿੰਨਾ ਕਿੰਨਾ ਨਜ਼ਮਾਂ ਵਿੱਚ ਕੀਤੀ ਹੈ ਉਹਨਾਂ ਨੇ ਆਪਣੀਆਂ ਨਜ਼ਮਾਂ ਉਨੀਂਦਰੇ ਲਮੀਆਂ ਸਿਆਲੀ ਰਾਤਾਂ ਵਿੱਚ ਔਰਤਾਂ ਦੇ ਜਜ਼ਬਾਤ ਦੀ ਅਕਾਸੀ ਖੂਵ ਤਰੀਕੇ ਨਾਲ ਕੀਤੀ ਹੈ ਖੇਡ ਲੈ ਖੇਡ ਲੈ ਮੇਰੀ ਇਹ ਭੋਲੀਏ ਦੀਏ ਖੇਡ ਲੈ ਗੁਡੀਆਂ ਨਾਲ ਆਪਣੀਆਂ ਜ਼ਿੱਦਾਂ ਆੜੀਆਂ ਵੀ ਬਨਵਾ ਲੈ ਚਾਰ ਦਿਹਾੜੇ ਤੇਰਾ ਰਾਮਲ ਬੈਠੇ ਹੋਏ ਨੇ ਕਿੰਨੇ ਵਖਤ ਪਵਾੜੇ ਕਿੰਨੇ ਦੁੱਖ ਜੰਜਾਲ ਖੇਡ ਲੈ ਖੇਡ ਲੈ ਛੇਤੀ ਛੇਤੀ ਖੇਡ ਲੈ ਗੁਡੀਆਂ ਨਾਲ ਤੇ ਵਗਦੀਆਂ ਨੇ ਇਸ ਜੂ ਵਿੱਚ ਧੀਏ ਤਤੀਆਂ ਤਤੀਆਂ ਲੋਵਾ ਮੈਨੂੰ ਡਰੇ ਤੇਰੇ ਹਾਸਿਆਂ ਜਬਦੇ ਹੀ ਝੋ ਜਾਣਾ ਤੇ ਅੱਖ ਉਹ ਗੇੜਨੋਂ ਪਹਿਲਾਂ ਤੇਰੀਆਂ ਸਦਰਾਂ ਨੇ ਸੋ ਜਾਣਾ ਤਖਕਰ ਵਾਂਗੂ ਛਿੜਕੇ ਤੈਨੂੰ ਵਕਤਾਂ ਖੋ ਖੋ ਖਾਣਾ ਇੱਕ ਦੋ ਹੋਣ ਤੇ ਦਸਾਂ ਬੁੱਝਾਂ ਕਿਹੜੀ ਕਿਹੜੀ ਫੋਲਾ ਕੋਈ ਕਿਸੇ ਦੀ ਸੁਣਦਾ ਨਹੀਂ ਇੱਥੇ ਕੂਕਰਵਾਲ ਅੰਨੇ ਰਾਜੇ ਦੀ ਨਗਰੀ ਉੰਜ ਹਰ ਕੋਈ कोतवाल ਵੇਲਖ ਦੇ ਏ ਚਾਰ ਦਿਹਾੜੇ ਖੇਡ ਲੈ ਗੁੱਡੀਆਂ ਨਾਲ ਔਰਤ ਜ਼ਾਤ ਇਹ ਜੀਵਨ ਪੈਂਡਾ ਥਾਂ ਥਾਂ ਟਿੱਬੇ ਟੋਏ ਥਾਂ ਥਾਂ ਕੰਡੇ ਬੀਜੇ ਹੋਏ ਤੇਰੀ ਬੇਫਿਕਰੀ ਦੇ ਲੀੜੇ ਹੁਸਨ ਲੀਰਾ ਲੀਰਾ ਪਰ ਉਹ ਵੇਲਾ ਜਦ ਆਉਣਾ ਏ ਆ ਜਾਣਾ ਏ ਅੱਜ ਕਿਉਂ ਚਿੰਤਾ ਕਰੀਏ ਅੱਜ ਕਿਉਂ ਹੋ ਕੇ ਬਰੀਏ ਖਬਰੇ ਉਸ ਵੇਲੇ ਨੂੰ ਸਾਡੀਆਂ ਪਰਤਣ ਚਾ ਤਕਦੀਰਾ ਬਦਲਣ ਜੀਵਨ ਚਾਲੇ ਐਸ ਕਰਕੇ ਤੂ ਲਮੀਆਂ ਸੋਚਾਂ ਲਾਂਬੇ ਦਰ ਕੇ ਖੇਡ ਲੈ ਮੇਰੀਏ ਭੋਲੀਏ ਦੀਏ ਖੇਡ ਲੈ ਗੁਡੀਆਂ ਨਾਲ ਖੇਡ ਲੈ ਮੇਰੀਏ ਭੋਲੀਏ ਦੀਏ ਖੇਡ ਲੈ ਗੁਡੀਆਂ ਨਾਲ